بسم الله الرحمن الرحیم اے پروگرام ویکھن والے سارے دوستاں نوں السلام علیکم لکھ واری میں توبہ پنی تے میں ہاں بے اعتبار در تیرے تے پھر وی سائیں آساں رکھن والا انسان نوں اللہ ہی ذات نے اشرف المخلوقات بنایا تانوں سارے نوں پتا ہے ایک کانڈے چوں ککڑی دا بچہ پیدا ہوندا ہے تے ایک بطخ چوں ਬਤਖ ਦੇ ਆਂਡੇ ਦੇ ਬਤਖ ਦਾ ਬੱਚਾ ਪੈਦਾ ਹੁੰਦਾ ਜਿਹੜਾ ਕੁਕੜੀ ਦਾ ਬੱਚਾ ਹੈ ਉਹ ਪਾਣੀ ਵੱਲ ਮੂੰਹ ਨਹੀਂ ਕਰਦਾ ਤੇ ਜਿਹੜਾ ਬਤਖ ਦਾ ਬੱਚਾ ਹੈ ਉਹ ਪਾਣੀ ਵੱਲ ਜਾਂਦਾ ਇੱਕ ਇੰਨਾ ਸਮਝਦਾਰ ਉਹ ਕੁਕੜੀ ਦਾ ਬੱਚਾ ਤੇ ਮੁਰਗੀ ਦਾ ਬੱਚਾ ਕਿੱਥੋਂ ਹੋ ਗਿਆ ਇਹ ਉਹਨਾਂ ਦੀ ਸ਼ਾਨ ਹੈ ਅੱਲਾਹ ਦੀ ਕੁਦਰਤ ਹੈ ਇੱਕ ਅਸੀਂ ਅਸ਼ਰਫ ਮਖਲੂਕਾਤ ਅਸੀਂ ਆਪਣੇ ਬੱਚਿਆਂ ਨੂੰ ਸੁਣਾਉਂਦੇ ਹਾਂ ਸਮਝਾਉਂਦੇ ਹਾਂ ਉਹਨਾਂ ਨੂੰ ਤਾਂ ਕੋਈ ਸਮਝਾਉਣ ਵਾਲਾ ਨਹੀਂ ਚਾਤੀ ਮਾਰੋ ਨਾ ਆਪਣੇ ਇਹ ਕਿੱਥੇ ਰੌਲਾ ਇਹ ਰੌਲਾ ਰੁਕਣਾ ਉਹ ਰੌਲਾ ਸਿਰਫ ਮੈਲ ਹੈ ਮੈਂ ਅਰਜ ਕੀਤੀ ਨਾ ਮਾਂ ਜਾਈ ਨਾਲ ਹਰ ਬੰਦਾ ਪਿਆਰ ਕਰਦਾ ਮਾਂ ਜਾਈ ਨਾਲ ਸਾਡੇ ਪਿਆਰ ਰਹੇ ਹੀ ਨਹੀਂ ਅੱਜ ਕੱਲ੍ਹ ਦੇ ਬੱਚੇ ਨੇ ਹੈਲੋ ਪਾਪਾ ਹੈਲੋ ਮਾਮਾ ਕਿੰਦੇ ਗੁਲਾਮ ਸਿਰਫ ਇੰਗਲਿਸ਼ ਸਿੱਖਣ ਵਾਸਤੇ ਹੀ ਗੁਲਾਮ ਅੰਗਰੇਜ਼ ਦੇ ਜਾਂ ਉਹਨਾਂ ਦੇ ਅਸੂਲਾਂ ਦੇ ਵੀ ਬਣਾਏ ਨੇ ਅਸੀਂ ਉਹਨਾਂ ਸੱਚ ਨੂੰ ਗਾਲਾ ਲਾਇਆ ਅਸੀਂ ਸੱਚ ਨੂੰ ਗਾਲਾ ਲਾਇਆ ਉਹ ਆਪਣੀ ਹਕੂਮਤ ਦੇ ਨਾਲ ਪਿਆਰ ਕਰਦੇ ਨੇ ਆਪਣੀ ਰਿਆਸਤ ਨਾਲ ਪਿਆਰ ਕਰਦੇ ਔਰ ਉਹਨਾਂ ਦੀ ਹਕੂਮਤ ਜਿਹੜੀ ਹੈ ਨਾ ਉਹਨਾਂ ਦੇ ਵਜ਼ੀਰ ਨੇ ਜਿਹੜੇ ਉਹ ਆਪਣੇ ਆਵਾਮ ਦੇ ਨਾਲ ਪਿਆਰ ਕਰਦੇ ਇੱਕ ਉਹਨਾਂ ਅਸੂਲ ਅਪਣਾਏ ਨੇ ਬਸ ਉਹਨਾਂ ਅਸੂਲਾਂ ਚੱਲਦੇ ਨੇ ਸਾਡੇ ਕੀ ਅਸੂਲ ਇਹ ਆਪਣੇ ਅੰਦਰ ਚਾਤੀ ਮਾਰਨੀ ਦਿਓ ਖੈਰ ਬਾਬੇ ਦਾ ਕੰਮ ਹੈ ਦੋ ਚਾਰ ਗੱਲਾਂ ਤੁਹਾਨੂੰ ਦੱਸ ਦੇਣੀਆਂ ਤੁਹਾਡਾ ਕੰਮ ਹੈ ਉਹਦੇ 'ਤੇ ਗੌਰ ਕਰੋ ਨਾ ਕਰੋ ਸੋਚੋ ਨਾ ਸੋਚੋ ਉਹ ਤੁਹਾਡੀ ਮਰ ਅੱਜ ਦਾ ਸਾਡਾ ਮੌਜੂ ਹੈ ਦੁਆਣਾ ਉਹਨੂੰ ਅਸੀਂ ਮਤੀਰਾ ਵੀ ਕਹਿੰਦੇ ਹਾਂ ਉਰਦੂ ਜਨ ਰੋਜ਼ ਵੀ ਕਹਿੰਦੇ ਹਾਂ ਇਹ ਅੱਲਾਹ ਦੀਆਂ ਨਿਯਮਤਾਂ ਜੋ ਕਿ ਨਿਯਮਤ ਹੈ ਹਰ ਮੌਸਮੀ ਫਲ ਜਿਹੜਾ ਨਾ ਹਰ ਮੌਸਮੀ ਸਬਜ਼ੀ ਹੈ ਉਹ ਅੱਲਾਹ ਇਜ਼ਾਦ ਨੇ ਉਹ ਬਣਾਈ ਹੈ ਸਾਡੇ ਵਾਸਤੇ ਉਹਦਾ ਇੱਕ ਮਕਸਦ ਹੈ ਅਸੀਂ ਕੰਮ ਅਕਲ ਉਹ ਮਕਸਦ ਨਹੀਂ ਸਮਝ ਸਕਦੇ ਅਸੀਂ ਉਹਨੂੰ ਸਮਝ ਲਈਏ ਅਤੇ ਅਸੀਂ ਆਪਣੇ ਆਪ ਨੂੰ ਤਾਕਤਵਰ ਸਮਝਾਂਗੇ ਸਾਡੇ ਦਿਮਾਗ ਤਾਕਤਵਰ ਹੋਣਗੇ ਸਾਡੇ ਵਜੂਦ ਤਾਕਤਵਰ ਹੋਣਗੇ ਅਸੀਂ ਆਰਟੀਫਿਸ਼ਲ ਚੀਜ਼ਾਂ ਦੇ ਵਿੱਚ ਵੜ ਗਏ ਹਾਂ ਮਸਨੂਈ ਚੀਜ਼ਾਂ ਮਸਵਾਕ ਛੱਡ ਕੇ ਟੁੱਠ ਬੁਰਸ਼ ਵਾਲੇ ਪਾਸੇ ਟੁੱਟ ਪੈਣਾ ਹਜ਼ੂਰ ਦੀ ਸੁਨਤ ਛੱਡ ਦਿੱਤੀ ਅਸੀਂ ਕੁਦਰਤੀ ਚੀਜ਼ਾਂ ਅਪਣਾ ਲਓ ਅੱਜ ਵੀ ਵੇਲਾ ਜੇ ਉਮਰਾਂ ਵੀ ਲੰਮੀਆਂ ਹੋਣਗੀਆਂ ਤੁਹਾਡੇ ਵਜੂਦ 'ਚ ਤਾਕਤ ਵੀ ਹੋਏਗੀ ਖੈਰ ਇਹਦੇ ਫਾਇਦੇ ਤਾਂ ਤੁਸੀਂ ਵੇਖ ਰਹੇ ਨੇ ਤਾਂ ਚਲੇ ਜਾਓ ਰਿਸਰਚ ਕਰੋ ਤੁਹਾਨੂੰ ਹਜ਼ਾਰਾਂ ਫਾਇਦੇ ਮਿਲ ਜਾਣਗੇ ਸੋਸ਼ਲ ਮੀਡੀਆ ਦਾ ਦੌਰ ਹੈ ਫੇਕ ਵੀ ਹੋਣਗੇ ਸਹੀ ਵੀ ਹੋਣਗੇ ਹਜ਼ਾਰਾਂ ਫਾਇਦੇ ਹੋਣਗੇ ਮੈਂ ਤਾਂ ਚੰਦ ਇੱਕ ਚੀਜ਼ਾਂ ਤੁਹਾਨੂੰ ਦੱਸਣ ਲੱਗਾ ਕਿ ਦੁਆਣਾ ਜਦੋਂ ਵੀ ਖਾਣਾ ਹੈ ਉਹਨੇ ਠੰਡਾ ਥੋੜ੍ਹਾ ਕਰਕੇ ਖਾਓ ਨਿਆਲ ਨੂੰ ਖਾਓ ਔਰ ਉਹਦੇ ਘੰਟੇ ਬਾਅਦ ਇੱਕ ਘੰਟੇ ਬਾਅਦ ਕਮ ਤੋਂ ਕਮ ਪਾਣੀ ਸ਼ਾਣੀ ਪੀਓ ਜਾਂ ਰੋਟੀ ਵਕਫਾ ਇੱਕ ਘੰਟੇ ਦਾ ਚਾਹੀਦਾ ਸਾਨੂੰ ਜਿੰਨਾ ਜੀ ਭਰ ਕੇ ਮਰਜ਼ੀ ਖਾਓ ਕੋਈ ਮਸਲਾ ਮਗਰ ਨਿਆਰ ਨਾ ਹੋਵੇ ਅੰਦਰ ਵਿਹਲਾ ਹੋਵੇ ਸੁਬਹਾ ਦੇ ਟਾਈਮ ਖਾ ਲਓ ਚਾਰ ਕੁ ਵਜੇ ਖਾ ਲਓ ਰੋਜ਼ੇ ਨੇ ਅਫਤਾਰੀ ਦੇ ਟਾਈਮ 'ਤੇ ਖਾ ਲਓ ਖਾਣਾ ਘੰਟੇ ਬਾਅਦ ਖਾ ਲਓ ਸ਼ੂਗਰ ਦੇ ਮਰੀਜ਼ ਜਿਹੜੇ ਨੇ ਉਹ ਇਸ ਚੀਜ਼ ਤੋਂ ਜ਼ਰਾ ਪਰਹੇਜ਼ ਕਰ ਉਹ 100 ਗ੍ਰਾਮ ਖਾ ਲੈਣ ਉਹ ਵੀ ਇੱਕ ਜਿਹੜੀ ਬੂਟੀ ਹੈ ਕਿਸੇ ਵੇਲੇ ਮੈਂ ਉਹਦਾ ਵੀ ਸਾਰਾ ਜ਼ਿਕਰ ਕਰਦਾ ਹਾਂ ਸਾਰਾ ਮਗਾ ਆਪ ਸਾਰੀ ਦੁਕਾਨ 'ਤੇ ਮਿਲ ਜਾਂਦੀਆਂ ਨੇ ਉਹਨਾਂ ਦਾ ਪਾਊਡਰ ਬਣਾ ਲਓ ਅਤੇ ਧੋੜ ਲਓ ਕਾਲੀ ਮਿਰਚ ਧੋੜ ਲਓ 100 ਗ੍ਰਾਮ ਸ਼ੂਗਰ ਦਾ ਮਰੀਜ਼ ਖਾ ਲਿਆ ਸ਼ੂਗਰ ਲੈਵਲ ਸਹੀ ਹੈ ਕੋਈ ਮਸਲਾ ਇਹਦੇ ਬੀਜ ਨੇ ਜਿਹੜੇ ਉਹਨਾਂ ਨੂੰ ਖੁਸ਼ਕ ਕਰ ਲਓ ਖੁਸ਼ਕ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਪੀ ਲਓ ਪੀ ਕੇ ਪਾਊਡਰ ਬਣਾ ਕੇ ਰੱਖ ਲਓ ਡੱਬੇ 'ਚ ਬੰਦ ਕਰਕੇ ਰੱਖ ਲਓ ਜਿਹੜਾ ਮਰੀਜ਼ ਪੁਰਾਣੇ ਤੋਂ ਪੁਰਾਣਾ ਹੈ ਅਲਸਰ ਦਾ ਮਰੀਜ਼ ਹੈ ਜਿਹਨੂੰ ਮੈਦੇ ਦਾ ਜ਼ਖਮ ਕਹਿੰਦੇ ਨੇ ਆਂਤੜੀਆਂ ਦਾ ਜ਼ਖਮ ਹੈ ਉਹਨੇ ਕੁਛ ਵੀ ਨਹੀਂ ਕਰਨਾ ਇੱਕ ਚਮਚਾ ਸਵੇਰੇ ਪੱਕ ਲਵੇ ਇੱਕ ਚਮਚਾ ਸ਼ਾਮ ਨੂੰ ਪੱਕ ਲਵੇ ਨਾਲ ਥੋੜ੍ਹਾ ਜਿਹਾ ਦੁੱਧ ਪੀ ਲਵੇ ਜੇ ਸ਼ੂਗਰ ਨਹੀਂ ਦੇਖੇ ਨਾਲ ਖਜੂਰ ਖਾ ਲਓ ਬਸ ਇਨਸ਼ਾਅੱਲਾ ਇੱਕ ਹਫ਼ਤੇ ਦੇ ਅੰਦਰ ਅੰਦਰ ਕਿਹੋ ਜਿਹਾ ਵੀ ਮੈਦੇ ਦਾ ਜ਼ਖਮ ਹੈ ਆਂਤੜੀਆਂ ਦਾ ਜ਼ਖਮ ਹੈ ਉਹ ਠੀਕ ਹੋ ਜਾਵੇ ਇਹ ਮੈਂ ਦਾਅਵੇ ਨਾਲ ਅਤੇ ਗਰੰਟੀ ਨਾਲ ਦੱਸਣਾ ਪੈਂਦਾ ਕਰਕੇ ਵੇਖ ਲਓ ਇਸ ਤਰ੍ਹਾਂ ਹੀ ਦੁਆਲੇ ਦਾ ਜਿਹੜਾ ਛਿਲਕਾ ਹੈ ਉਹਨੂੰ ਕੱਟ ਕੇ ਛੋਟੇ ਛੋਟੇ ਪੀਸ ਕਰੋ ਪੀਸ ਕਰਕੇ ਸੁਕਾ ਲਓ ਸੁਕਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਕੁੰਡੇ ਡੰਡੇ ਰਗੜ ਲਓ ਜਾਂ ਗ੍ਰੈਂਡਰ ਹੀ ਰਗੜ ਲਓ ਰਗੜ ਕੇ ਪਾਊਡਰ ਬਣਾ ਕੇ ਬੰਦ ਲੱਭੇ ਜੇ ਜਿੱਥੇ ਵਾਰਾ ਲੱਗੇ ਉੱਥੇ ਰੱਖ ਲਓ ਔਰਤਾਂ ਵੀ ਇੱਕ ਚਮਚਾ ਸੁਬਹਾ ਸ਼ਾਮ ਨਾਲ
ਮਰਦ ਵੀ ਲੈ ਹੁਣ ਮੈਂ ਬੜੇ ਪਤੇ ਦੀ ਗੱਲ ਦੱਸਣ ਲੱਗਾ ਇਹ ਦਾ ਜਿਹੜੀਆਂ ਬੇਔਲਾਦ ਔਰਤਾਂ ਨੇ ਨਾ ਅਤੇ ਬੇਔਲਾਦ ਬਣਨੇ ਅੱਲਾ ਹੀ ਜਹਾਤ ਉਹਨਾਂ ਨੂੰ ਗੋਦ ਭਰੀ ਕਰ ਦੇਗੀ ਉਹਨਾਂ ਦੀ ਮੈਂ ਕਈਆਂ ਦੇ ਦਵਾਇਆ ਜਿਹੜੇ ਬੱਚੇ ਮੇਰੇ ਬੱਚੇ ਕਹਿੰਦੇ ਨਾ ਵੀ ਸਾਡੇ ਕੋਲ ਦੀ ਕਮੀ ਇਹਨੂੰ ਇੱਕ ਮਹੀਨਾ ਮੁਸਲਸਲ ਇਸਤੇਮਾਲ ਕਰਕੇ ਬੇਸ਼ੱਕ ਦੂਜੇ ਵਿਆਹ ਦੀ ਵੀ ਖੁਆਇਸ਼ ਪੈਦਾ ਕਰਦਾ ਹੋ ਜਾਏਗਾ ਇਹ ਇਹੋ ਜਿਹੀ ਚੀਜ਼ ਹੈ ਐਡੀ ਕੀਮਤੀ ਚੀਜ਼ ਹੈ ਅਸੀਂ ਦੁਆਰਾ ਖਾਂਦੇ ਹਾਂ ਛਿਲਕਾ ਚੁੱਕ ਕੇ ਪਾਰ ਸੁਣਦੇ ਸਾਡੀ ਸਿਰਫ ਇੱਕ ਬਾਤ ਕਿਸਮ ਦੀ ਪਹਿਲੇ ਘੀਮਾ ਦਾ ਰਾਜ ਸੀ ਹੁਣ ਡਾਕਟਰਾਂ ਦਾ ਰਾਜ ਵੀਡੀਓ ਵੀ ਬਣਾ ਬਣਾ ਸੁੱਟੀ ਜਾਣਗੇ ਮਗਰ ਤੁਸੀਂ ਕਿਸੇ ਡਾਕਟਰ ਕੋਲ ਕਿਸੇ ਘੀਮ ਕੋਲ ਕਿਸੇ ਪੀਰ ਕੋਲ ਜਾਓ ਤੁਹਾਨੂੰ ਇਹ ਨਹੀਂ ਕਹੇਗਾ ਵੀ ਦੁਆਲੇ ਦੇ ਪੀਆਂ ਦਾ ਇਹ ਫਾਇਦਾ ਹੋ ਜਾਏਗਾ ਜਾਂ ਛਿੜਕਿਆਂ ਦਾ ਫਾਇਦਾ ਹੋ ਜਾਏਗਾ ਦੁਆਲਾ ਖਾਣ ਦਾ ਫਾਇਦਾ ਹੋ ਜਾਏਗਾ ਰੱਬ ਦੀ ਨਿਮਤ ਹੈ ਮੌਸਮ ਦੇ ਨਾਲ ਮਹੀਨੇ ਦੋ ਮਹੀਨੇ ਦਾ ਫਾ ਲੈ ਦਬਾ ਕੇ ਖਾਓ ਸ਼ੂਗਰ ਦੇ ਮੇਰਾ ਦੱਸ ਦਿੱਤਾ ਮੈਂ ਉਹਨਾਂ ਜਿਵੇਂ ਖਾਣਾ ਵਿਹਲੇ ਦਿਲ ਖਾਓ ਖਾਣਾ ਕਹਿਣੇ ਬਾਅਦ ਖਾਣਾ ਜੋ ਮਰਜ਼ੀ ਖਾਓ ਕੋਈ ਪਰਵਾਹ ਨਹੀਂ ਪਰ ਕਹਿਣੇ ਦਾ ਵਕਫਾ ਪਾ ਲਓ ਤਾਂ ਕਿ ਉਹ ਆਪਣਾ ਅਸਰ ਕਰ ਮੇਦੇ ਦੀ ਗਰਮੀ ਜਿਗਰ ਦੀ ਗਰਮੀ ਖਾਸ ਕਰਕੇ ਮੈਂ ਖਾਸ ਕਰਕੇ ਉਹਨਾਂ ਵਾਸਤੇ ਜਿਹੜੇ ਜਰਕਾਰ ਦੇ ਮਰੀਜ਼ ਉਹ ਜਿੰਨਾ ਵੀ ਖਾ ਸਕਦੇ ਨੇ ਖਾ ਕਿਹੜਾ ਵੀ ਹੈ ਬਟਾ ਠੰਡੇ ਆ ਬੀ ਸੀ ਜਿਹੜਾ ਵੀ ਭਾਵੇਂ ਪੀ ਲਿਆ ਜੋ ਜਗ੍ਹਾ ਦੇ ਮਰੀਜ਼ ਨੇ ਛੇਤੀ ਫਾਇਦਾ ਚਾਹੁੰਦੇ ਨੇ ਅਤੇ ਇੱਕ ਹੋਰ ਤਰੀਕਾ ਹੈ ਨਾ ਇਮਲੀ ਆਮ ਮਿਲ ਜਾਂਦੀ ਪੰਸਾਰੀ ਕੋਲ ਲੈ ਉਹਦਾ ਜੂਸ ਬਣਾਓ ਉਹਦਾ ਇਮਲੀ ਨੂੰ ਛੁੱਟੋ ਉਹਨੂੰ ਰਗੜ ਲਓ ਉਹਨਾਂ ਰਗੜ ਲਓ ਜੂਸ ਬਣਾ ਕੇ ਗਲਾਸ ਸਵੇਰੇ ਸ਼ਾਮ ਪੀਓ ਇਸ ਵਾਸਤੇ ਮੈਂ ਇੱਕ ਹੀ ਦਰਖਾਸਤ ਕਰਦਾ ਕਿ ਤੁਸੀਂ ਕੁਦਰਤੀ ਚੀਜ਼ਾਂ ਤੋਂ ਆਓਗੇ ਆਪਣੇ ਆਪ ਨੂੰ ਤਾਕਤਵਰ ਸਮਝੋਗੇ ਆਪਣੇ ਆਪ ਨੂੰ ਤਾਕਤਵਰ ਸਮਝੋਗੇ ਡਾਕਟਰ ਦਵਾਈਆਂ ਟੀਕਿਆਂ ਨੂੰ ਬਚ ਜਾਓ ਵਾਕ ਕਰੋ ਸੁਬਹਾ ਸ਼ਾਮ ਸੁਬਹਾ ਦੀ ਵਾਕ ਆਪਣੀ ਜ਼ਿੰਦਗੀ ਦੇ ਹਿੱਸਾ ਬਣਾਓ ਸ਼ਾਮ ਇੱਕ ਜ਼ਿੰਦਗੀ ਦਾ ਆਪਣੇ ਹਿੱਸਾ ਬਣਾ ਲਓ ਹਰਕਤ 'ਚ ਬਰਕਤ ਹੈ ਇਨਸ਼ਾਅੱਲਾ ਤੁਹਾਡੀ ਉਮਰਾਂ ਵੀ ਲੰਬੀਆਂ ਹੋਣਗੀਆਂ ਸਿਹਤ ਵੀ ਸਹੀ ਰਹੇਗੀ ਦਵਾਈਆਂ ਦੇ ਬਚੇ ਰਹੋ ਮੇਰੀ ਤਾਂ ਇੱਕ ਦਰਖਾਸਤ ਹੈ ਸਿਰਫ ਕਿ ਜਿਹੜੇ ਪੈਸੇ ਤੁਸੀਂ ਬਚਾ ਲਓ ਉਹਨਾਂ ਦਾ ਅੱਧ ਆਪਣੇ ਇਰਦ ਗਿਰਦ ਕਿਸੇ ਗਰੀਬ ਨੂੰ ਵੇਖੋ ਭਾਵੇਂ ਤੁਹਾਡਾ ਰਿਸ਼ਤੇਦਾਰ ਹੀ ਹੋਵੇ ਇਸ ਦੌਰ 'ਚ ਜਿੰਨੀ ਵੀ ਉਹਦੀ ਮਦਦ ਕਰਦੇ ਕਰੋ ਪਰ ਮਦਦ ਇਸ ਤਰੀਕੇ ਨਾਲ ਕਰੋ ਕਿ ਦੂਜੇ ਕੰਨ ਨੂੰ ਖਬਰ ਨਾ ਹੋਵੇ ਦੂਜੇ ਹੱਥ ਨੂੰ ਪਤਾ ਨਾ ਲੱਗੇ ਉਹਦੀ ਇੱਥੇ ਨਫ਼ਲ ਮਜ਼ਰੂਰ ਨਾ ਆਵੇ ਇੱਥੇ ਵੀ ਅਜ਼ਰ ਮਿਲੇਗਾ ਉੱਥੇ ਵੀ ਅਜ਼ਰ ਮਿਲੇਗਾ ਅੱਲਾ ਜਾ ਤੁਹਾਨੂੰ ਮੈਨੂੰ ਆਪਣੇ ਸਾਰੇ ਇਰਦ ਗਿਰਦ ਹਮਸਾਇਆ ਰਿਸ਼ਤੇਦਾਰਾਂ ਦਾ ਸਾਰਿਆਂ ਦਾ ਖਿਆਲ ਰੱਖੋ ਅੱਲਾ ਇਜਾਦ ਮੈਨੂੰ ਤੁਹਾਨੂੰ ਸਾਰਿਆਂ ਨਾਲ ਹਿਫਜ਼ਮਾਨ ਅਸਲਾਮ ਵਾਲੇ